ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤਵਲੀਨ ਕੌਰ। ਤੁਸੀਂ ਵੇਖ ਰਹੇ ਹੋ ਤਾਂ ਸਟੇਟ ਲਾਈਨ ਨਿਊਜ਼। ਅਕਸਰ ਤੁਸੀਂ ਸੁਣਿਆ ਹੋਣਾ ਕਿ ਬੱਚੇ ਕਿਡਨੈਪ ਹੋ ਗਏ, ਅਤੇ ਜਦੋਂ ਬੱਚਾ ਕਿਡਨੈਪ ਹੋ ਜਾਂਦਾ ਫਿਰ ਕੀ ਕਰਦਾ ਹੈ ਕਿਡਨੈਪਰ? ਕਿਡਨੈਪਰ ਕੀ ਕਰਦਾ ਕਿ ਪੈਸੇ ਮੰਗਦਾ ਘਰਦਿਆਂ ਤੋਂ, ਇੰਨੇ ਲੱਖ ਦੇ ਦਿਓ ਅਸੀਂ ਤੁਹਾਡਾ ਬੱਚਾ ਜਿਹੜਾ ਉਹ ਛੱਡ ਦਾਂਗੇ। ਅਤੇ ਕਦੇ ਤੁਸੀਂ ਸੁਣਿਆ ਕਿ ਮੱਝਾਂ ਵੀ ਕਿਡਨੈਪ ਹੋਈਆਂ? ਹਾਂਜੀ, ਮੱਝਾਂ ਵੀ ਕਿਡਨੈਪ ਹੁੰਦੀਆਂ ਨੇ। ਅਕਸਰ ਇਸ ਤਰ੍ਹਾਂ ਹੁੰਦਾ, ਮੱਧ ਪ੍ਰਦੇਸ਼ ਦਾ ਇੱਕ ਇਲਾਕਾ ਹੈ ਚੰਬਲ ਜਿੱਥੇ ਕਿ ਮੱਝਾਂ ਕਿਡਨੈਪ ਹੁੰਦੀਆਂ ਨੇ। ਉਸ ਇਲਾਕੇ 'ਤੇ ਡਾਕੂ ਬਹੁਤ ਨੇ, ਉਹ ਕੀ ਕਰਦੇ ਨੇ ਮੱਝਾਂ ਕਿਡਨੈਪ ਕਰਕੇ ਲੈ ਜਾਂਦੇ ਨੇ, ਅਤੇ ਫਿਰ ਡਾਇਰੈਕਟ ਨਹੀਂ ਉਹਨਾਂ ਕੋਲੋਂ ਪੈਸੇ ਮੰਗਦੇ ਮਾਲਕਾਂ ਕੋਲੋਂ। ਉਹ ਕੀ ਕਰਦੇ ਨੇ, ਇੱਕ ਵਿੱਚ ਵਿਚੋਲਾ ਰੱਖਦੇ ਨੇ, ਜਿਹੜਾ ਵਿਚੋਲਾ ਕੀ ਕਰਦਾ ਜਿਨ੍ਹਾਂ ਦੀ ਮੱਝ ਕਿਡਨੈਪ ਹੋਈ ਹੁੰਦੀ ਹੈ ਉਹਨਾਂ ਨਾਲ ਵੀ ਗੱਲ ਕਰਦਾ, ਅਤੇ ਜਿਹੜੇ ਲੈ ਕੇ ਗਏ ਹੋਣਗੇ ਉਹਨਾਂ ਨਾਲ ਵੀ ਗੱਲ ਕਰਦਾ। ਫਿਰ ਪੈਸੇ, ਅਗਰ ਮੱਝ 60,000 ਦੀ ਹੈ ਤਾਂ 20,000 ਰੁਪਇਆ ਮੰਗਿਆ ਜਾਂਦਾ, ਫਿਰ ਉਹ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਇੰਨੇ ਪੈਸੇ ਦੇ ਦਿਓ ਅਸੀਂ ਤੁਹਾਡੀ ਮੱਝ ਛੁਡਾ ਦਾਂਗੇ। ਪਹਿਲੇ ਇਹ ਹੁੰਦਾ ਸੀ ਕਿ ਚਲੋ ਲੋਕ ਆਪਣੇ ਬੱਚਿਆਂ ਦੀ ਰਾਖੀ ਕਰਦੇ ਸੀ, ਆਪਣੀ ਕਾਰਾਂ ਦੀ ਰਾਖੀ ਕਰਦੇ ਸੀ ਕਿ ਕੋਈ ਚੁਰਾ ਨਹੀਂ ਲੇ, ਪਰ ਅੱਜ ਕੱਲ੍ਹ ਦੇਖੋ ਜ਼ਮਾਨਾ ਕੈਸਾ ਆ ਗਿਆ, ਮੱਝਾਂ ਦੀ ਵੀ ਰਾਖੀ ਕਰਨੀ ਪੈ ਰਹੀ ਹੈ।